ਜਿਹੜਾ ਕਿਸਾਨ ਨਹੀਂ ਝੁਕ ਸਕਦਾ ਅਸੀਂ ਮਰਨ ਮਰਾਉਣੇ ਵਾਲੇ ਹਾਂ ਸਾਡੇ ਖੂਨ ਦੇ ਵਿੱਚ ਜਜ਼ਬਾ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਭਰਿਆ ਹੋਇਆ ਜਿੰਨੇ ਸਾਡੇ ਕਿਸਾਨ ਜਥੇਬੰਦੀਆਂ ਜਿੰਨੇ ਸਾਡਾ ਯੂਥ ਬੈਰੀਅਰ 'ਤੇ ਬੈਠਾ ਉਹ ਝੁਕਣੇ ਵਾਲਾ ਨਹੀਂ ਸਰਕਾਰ ਝੁਕੂਗੀ ਸਰਕਾਰ ਨੂੰ ਇੱਕ ਦਿਨ ਝੁਕਣਾ ਪੈਣਾ ਸਰਕਾਰ ਹਲਾਈ ਪਈ ਆ ਹਰਿਆਣੇ ਵਾਲੇ ਕਹਿੰਦੇ ਜੀ ਖੱਟਰ ਸਰਕਾਰ ਬੀਜੇਪੀ ਦੀ ਵੀ ਇਹਨਾਂ ਨੂੰ ਬੈਰੀਅਰ ਨਹੀਂ ਟੱਪਣ ਦਿੰਦੇ ਪਰ ਅਸੀਂ ਬੈਰੀਅਰ ਤੋੜ ਕੇ ਇਹਨਾਂ ਦੇ ਟੋਏ ਭਰ ਕੇ ਇਹਨਾਂ ਦੀਆਂ ਕਿੱਲਾਂ ਜਿਹੜੀਆਂ ਲਾਈਆਂ ਹੋਈਆਂ ਸੀ ਉਹ ਪੱਟ ਕੇ ਅਸੀਂ ਜਾ ਕੇ ਕੁੰਡਲੀ ਬੈਰੀਅਰ 'ਤੇ ਆਪਣਾ ਮੋਰਚਾ ਫੜਲਾ ਤਾ ਅਸੀਂ ਮੋਰਚਾ ਫਤਿਹ ਕਰਕੇ ਆਵਾਂਗੇ ਅਸੀਂ ਇਹਦੇ ਵਿੱਚ ਕੋਈ ਲੈਕਚੀ ਨਹੀਂ ਲੈਣਾ ਅਸੀਂ ਇਹ ਰੱਦ ਕਰਾ ਕੇ ਆਉਣਾ ਜਦ ਤੱਕ ਇਹ ਰੱਦ ਨਹੀਂ ਕਰਦੇ ਚਾਹੇ 6 ਮਹੀਨੇ ਚਾਹੇ ਸਾਲ ਚਾਹੇ 2 ਮਹੀਨੇ ਲੱਗਣ ਸਾਡਾ ਰਾਸ਼ਨ ਪਾਣੀ ਪੂਰਾ ਸਾਡੀਆਂ ਟਰਾਲੀਆਂ ਦੇ ਵਿੱਚ ਹਰੇਕ ਚੀਜ਼ ਆ ਅਸੀਂ ਇਹ ਬਿੱਲ ਰੱਦੇ ਕਰਾਉਣੇ ਆ ਅਸੀਂ ਇਹ ਬਿੱਲ ਲਿਖਤੀ ਰੂਪ 'ਚ ਨਹੀਂ ਲੈਣੇ ਜਦ ਤੱਕ ਰੱਦ ਨਹੀਂ ਕਰਦੇ ਅਸੀਂ ਪਿੱਛੇ ਨਹੀਂ ਮੁੜਦੇ ਕਿਸਾਨ ਜਥੇਬੰਦੀਆਂ ਨੂੰ ਜਿਹੜੇ ਹੁਣ ਤੱਕ ਇੱਕ ਮੁੱਠ ਨੇ ਉਮੀਦ ਕਰਦਾ ਅੱਗੇ ਵੀ ਇੱਕ ਮੁੱਠ ਰਹਿਣਗੇ ਕਿਉਂਕਿ ਏਕੇ ਦੀ ਜਿੱਤ ਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਮੋਦੀ ਸਰਕਾਰ ਦੇ ਚਿੱਤਰ ਪੈ ਰਹੇ ਨੇ ਜੁੱਤੀਆਂ ਪੈ ਰਹੀਆਂ ਨੇ ਇਕੱਲੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਜੇ ਆਪਾਂ ਕਹਿ ਦਈਏ 22 ਸਟੇਟਾਂ ਨੇ 23 ਸਟੇਟਾਂ ਨੇ ਨਹੀਂ ਪੂਰੇ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠਾ ਇਹਨਾਂ ਕਾਨੂੰਨਾਂ ਦੀ ਵਿਰੋਧ ਤਾਂ ਕਰ ਰਿਹਾ ਅਸੀਂ ਪ੍ਰਯੋਗ ਮੰਗ ਕਰਦੇ ਹਾਂ ਕਿ ਇਹਨਾਂ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਿਹੜੀ ਗੱਦੀ ਦੇ ਉੱਤੇ ਉਸ ਬੰਦੇ ਨੂੰ ਬਿਠਾਤਾ ਜਿਹਦੇ ਰੰਨ ਨਹੀਂ ਕੰਨ ਨਹੀਂ ਉਹਨੂੰ ਬਿਠਾਤਾ ਜਿਹਦੇ ਕੋਈ ਜਵਾਕ ਜਿਲ੍ਹੇ ਕਬੀਲਦਾਰੀ ਦਾ ਪਤਾ ਹੀ ਨਹੀਂ ਉਹ ਬਹਿ ਗਿਆ ਸਾਡੀਆਂ ਜੜ੍ਹਾਂ ਦੇ ਵਿੱਚ ਜ਼ਿਮੀਂਦਾਰਾਂ ਬਰਬਾਦ ਕਰਨ 'ਤੇ ਤੁਲਿਆ ਇਹਨਾਂ ਛੜਿਆਂ ਨੇ ਜੇ ਦੇਸ਼ ਨੂੰ ਬਰਬਾਦ ਕਰਕੇ ਰੱਖਤਾ ਕਰੋਨਾ ਦੇ ਵਿੱਚ ਮੈਂ ਸਮਝਦਾ ਕਿ ਕੋਈ ਹਰ ਚੀਜ਼ ਬੰਦ ਹੋ ਗਈ ਹਰ ਕਾਰੋਬਾਰ ਬੰਦ ਹੋ ਗਿਆ ਅੰਡਾਨੀਆਂ ਅੰਬਾਨੀਆਂ ਨੇ ਹਿਸਾਬ ਲਾਇਆ ਕਿ ਇੱਕ ਚੀਜ਼ ਚੱਲਦੀ ਹੈ ਕਦੇ ਵੀ ਕੁਦਰਤ ਦੀ ਆਫਤ ਆ ਗਈ ਤਾਂ ਇਹ ਜਿਹੜਾ ਕਿਸਾਨ ਹੈ ਇਹਦੀ ਕਿਸਾਨੀ ਖੇਤੀ ਚੱਲਦੀ ਹੈ ਇਹਦੇ 'ਤੇ ਅੱਖ ਰੱਖ ਲਈ ਕਿ ਹੁਣ ਖੇਤੀ ਵੀ ਖੋਲ੍ਹੋ ਇਹਨਾਂ ਤੋਂ ਇਹ ਕਦੇ ਨਹੀਂ ਹੋਣ ਦਿੱਤਾ ਜਾਵੇਗਾ ਸਾਨੂੰ 6 ਸਾਲ ਤੱਕ ਜਾਣਾ ਪਿਆ ਜਾਵਾਂਗੇ ਅਸੀਂ ਜਿੱਤੇ ਪਏ ਹਾਂ ਜਿੱਤਾਂਗੇ ਜ਼ਰੂਰ ਦਿੱਲੀ ਜਿੱਤੀ ਪਈ ਹੈ ਮੈਂ ਵਾਅਦਾ ਕਰਦਾ ਪੰਜਾਬੀ ਜਿਹੜਾ ਵੀ ਹੈ ਭਾਵੇਂ ਉਹ ਕੋਈ ਹਿੰਦੂ ਹੈ ਮੁਸਲਿਮ ਹੈ ਸਿੱਖ ਹੈ ਇਸਾਈ ਹੈ ਇੱਥੇ ਧਰਮਾਂ ਦੀ ਗੱਲ ਨਹੀਂ ਇੱਥੇ ਜਾਤਾਂ ਪਾਤਾਂ ਦੀ ਗੱਲ ਨਹੀਂ ਰਹੀ ਇੱਥੇ ਕਿਸਾਨ ਹੈ ਮਜ਼ਦੂਰ ਹੈ ਸਾਰੇ ਇਕੱਠੇ ਹੋ ਗਏ ਵਪਾਰੀ ਹੈ ਦੁਕਾਨਦਾਰ ਹੈ ਮੁਲਾਜ਼ਮ ਨੇ ਵਕੀਲ ਨੇ ਮੈਂ ਕਹਿੰਦਾ ਕੋਈ ਰਿਹਾ ਹੀ ਨਹੀਂ ਆੜ੍ਹਤੀ ਨੇ ਸਾਰੇ ਇਕੱਠੇ ਹੋ ਗਏ ਮੋਦੀ ਸਾਹਿਬ ਤੇਰੇ ਨੱਕ ਦੇ ਵਿੱਚ ਦਮ ਕਰ ਦਿਆਂਗੇ ਤੈਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ ਇਹ ਤੂੰ ਸੋਚਣਾ ਵੀ ਕਿੰਨੇ ਕੁ ਦਿਨ ਹੋਰ ਤੂੰ ਚੱਲ ਸਕਦਾ ਜਿੰਨਾ ਲੰਬਾ ਪਾਏਗਾ ਉਨੀ ਲੰਬੀ ਬਿਮਾਰੀ ਨਾਲ ਮਰੇਗਾ ਮੇਰੀ ਇਹ ਕੈਪਟਨ ਨੰਦ ਲਾਲ ਬਾਦਰੀ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਨਾਲ ਸੰਜਾ ਕਰਨ ਦੇ ਸਾਥ ਭਾਈ ਮੇਰੇ ਨਾਲ ਖੜੇ ਨੇ ਔਰ ਅਸੀਂ ਜਿਸ ਜਦ ਤੋਂ ਵੀ ਇਹਨੇ ਆਪਣੇ ਕਿਸਾਨਾਂ ਦੇ ਉੱਤੇ ਕਾਲੇ ਕਾਨੂੰਨ ਥੋਪੇ ਨੇ ਤਾਂ ਅਸੀਂ ਉਸੇ ਟਿਕ ਤੋਂ ਅਸੀਂ ਕਿਸਾਨ ਦੇ ਨਾਲ ਕਿਉਂਕਿ ਸਾਡੇ ਨਾਲ ਜਿੱਤ ਚੁੱਕੀ ਆ ਜਿਸ ਤਰੀਕੇ ਨਾਲ ਮੋਦੀ ਨੇ ਸਾਡੇ ਨਾਲ ਵਾਅਦਾ ਕਰਕੇ ਵਨ ਰੈਂਕ ਵਨ ਪੈਨਸ਼ਨ ਦਾ ਹੁਣ ਤੱਕ ਸਾਨੂੰ ਕਿਸਾਨ ਰਿਹਾ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਸਾਡਾ ਚੱਲ ਰਿਹਾ ਉਸ 'ਤੇ ਵੀ ਇਹਦੀ ਹੀ ਚੱਲਦੀ ਹੈ ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦਾ ਅਸੀਂ ਇਹਨਾਂ ਦੇ ਨਾਲ ਅਸੀਂ ਖੜੇ ਹਾਂ ਜਿਵੇਂ ਕਿ ਆਪਾਂ ਸਾਰੇ ਅੱਜ ਅਸੀਂ ਆਲ ਇੰਡੀਆ ਕਿਸਾਨ ਜਥੇਬੰਦੀਆਂ ਵੱਲੋਂ ਪੁਤਲੇ ਦੁੱਖ ਦਾ ਪ੍ਰੋਗਰਾਮ ਬਣਾਇਆ ਸੀ ਅਤੇ ਟਾਈਮ 11:30 ਦਾ ਟਾਈਮ ਸੀਗਾ ਅਸੀਂ ਖੰਨਾ ਸ਼ਹਿਰ ਦੇ ਵਿੱਚ ਤਕਰੀਬਨ 65 ਦਿਨਾਂ ਤੋਂ ਰੇਲਵੇ ਸਟੇਸ਼ਨ ਦੇ ਉੱਤੇ ਧਰਨੇ 'ਤੇ ਦਿਨ ਰਾਤ ਦਰਸ਼ਤ ਕਰਦੇ ਹਾਂ ਬੜੀ ਸੰਖਿਆ ਦੇ ਵਿੱਚ ਸਾਡੇ ਨਾਲ ਵਰਕਰਾਂ ਨੇ ਇਕੱਠੇ ਹੋ ਕੇ ਰੇਹੜੀ ਚੌਂਕ ਦੇ ਵਿੱਚ ਪੁਤਲਾ ਪੁੱਟਿਆ ਗਿਆ ਕਿਉਂਕਿ ਇੱਥੋਂ ਦੀ ਕੇਂਦਰ ਸਰਕਾਰ ਨੇ ਸਾਡੇ ਉੱਤੇ 3 ਆਰਡੀਨੈਂਸ ਕਾਨੂੰਨ ਬਣਾਏ ਨੇ ਉਹ ਕਾਨੂੰਨ ਲਾਗੂ ਹੋ ਚੁੱਕੇ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਵੱਡੇ ਪੱਧਰ 'ਤੇ ਤਕਰੀਬਨ 35-35 ਲੱਖ ਸਾਡੇ ਵਰਕਰ ਸਾਡੇ ਕਿਸਾਨ ਵੀਰ ਸਾਡੀਆਂ ਭੈਣਾਂ ਸਾਡੇ ਬੱਚੇ ਮੈਂ ਉਹਨਾਂ ਮੂਹਰੇ ਸਿਰ ਝੁਕਾਉਣਾ 26 ਤਰੀਕ ਤੋਂ ਉੱਥੇ ਧਰਨੇ 'ਤੇ ਬੈਠੇ ਨੇ ਸਰਕਾਰ ਖੱਟਰ ਸਰਕਾਰ ਨੇ ਬੜੀ ਹੀ ਮਤਲਬ ਜ਼ੁਲਮ ਕੀਤਾ ਸਾਡੇ ਵਰਕਰਾਂ ਦੇ ਉੱਤੇ ਪਛਾੜਾਂ ਪਾਈਆਂ ਅਤੇ ਡਾਕੇ ਲਾਏ ਪਰ ਪੰਜਾਬ ਦੇ ਗੱਭਰੂਆਂ ਨੇ ਦੱਸ ਦਿੱਤਾ ਕਿ ਅਸੀਂ ਡਾਕੇ ਤੋੜਨੇ ਵੀ ਜਾਣਦੇ ਹਾਂ ਅੱਗੇ ਲੰਘਣਾ ਵੀ ਜਾਣਦੇ ਹਾਂ ਕੁੰਡਲੀ ਬਾਰਡਰ ਪਹੁੰਚ ਕੇ ਆਪਣਾ ਸਾਰਾ ਜੋਸ਼ ਦੱਸਿਆ 4 ਸਵੇਰੋਂ ਸਾਡੀ ਦਿੱਲੀ ਘੇਰੀ ਹੋਈ ਆ ਜਿੰਨਾ ਚਿਰ ਮੋਦੀ ਤੂੰ ਮੰਨਦਾ ਨਹੀਂ ਤੇਰੀ ਸਰਕਾਰ ਡਿੱਗਦੀ ਨਹੀਂ ਤੂੰ ਇਹ ਕਾਨੂੰਨ ਰੱਦ ਨਹੀਂ ਕਰਦਾ ਉਹਨਾਂ 'ਚ ਕਿਸਾਨ ਧਰਨੇ ਨਹੀਂ ਚੱਕਣਗੇ ਇਹ ਅਸੀਂ ਪੁਰਜੋਰ ਸਾਡੀ ਪੁਰਜੋਰ ਸਾਡੀਆਂ ਲੋਕਾਂ ਨੂੰ ਵੱਧ ਤੋਂ ਵੱਧ ਦਿੱਲੀ ਜਾਓ
ਉਸਦਾ ਰਸ ਵਧਾਓ। ਰਾਜਸਥਾਨ ਦੇ ਵਿੱਚੋਂ ਵੀ ਵੱਡੀ ਭਾਰੀ ਸੰਖਿਆ ਵਿੱਚ ਲੋਕ ਆ ਰਹੇ ਨੇ, 23 ਸਟੇਟਾਂ ਦੇ ਲੋਕ ਇਕੱਠੇ ਹੋਏ ਨੇ।